ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦਾ ਸੋਸ਼ਲ ਮੀਡੀਆ ਦੇ ਯੂਜ਼ਰਸ ਤੇ ਫਟਿਆ ਗੁੱਸਾ। ਰੁਪਿੰਦਰ ਹਾਂਡਾ ਨੂੰ ਗੁੱਸਾ ਚੜਿਆ ਉਹਨਾਂ ਯੂਜ਼ਰਸ ਤੇ ਜੋ ਗਲਤ ਕਮੈਂਟਸ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਹਾਂਡਾ ਨੇ ਕੱਲ ਇੱਕ ਪੋਸਟ ਪਾਈ ਸੀ ਜਿਸ ਵਿੱਚ ਰੁਪਿੰਦਰ ਹਾਂਡਾ ਨੇ ਲਿਖਿਆ ਸੀ ਸਿੱਧੂ ਮੂਸੇਵਾਲੇ ਦੀ ਬਰਸੀ ਕਰਕੇ ਸੌਂਗ ਪੋਸਟਪੋਨ ਕਰ ਦਿੱਤਾ ਗਿਆ ਸੀ। ਹੁਣ ਸ਼ੁਭਦੀਪ ਸਿੱਧੂ ਦੇ ਸੌਂਗ ਤੋਂ ਬਾਅਦ ਨਿਊ ਸੌਂਗ ਦੀ ਰਿਲੀਜ਼ਿੰਗ ਡੇਟ ਅਨਾਊਂਸ ਕਰਾਂਗੇ। ਹੋਪਫੁਲੀ ਮੈਟਰ ਨਹੀਂ ਕਰਦਾ, ਇਸ ਰਿਲੀਜ਼ਿੰਗ ਇਨ ਸੈਕਿੰਡ ਵੀਕ ਆਫ ਅਪ੍ਰੈਲ। ਸਟੇ ਟਿਊਨਡ। ਸੋ ਇਹ ਪੋਸਟ ਕੱਲ੍ਹ ਰੁਪਿੰਦਰ ਹਾਂਡਾ ਵੱਲੋਂ ਪਾਈ ਗਈ ਸੀ ਜਿਸ ਵਿੱਚ ਰੁਪਿੰਦਰ ਹਾਂਡਾ ਦਾ ਕਹਿਣਾ ਸੀ ਕਿ ਸਿੱਧੂ ਦੀ ਬਰਸੀ ਕਰਕੇ ਆਪਣਾ ਸੌਂਗ ਪੋਸਟਪੋਨ ਕਰ ਦਿੱਤਾ ਗਿਆ ਸੀ ਤੇ ਹੁਣ ਨਵੀਂ ਡੇਟ ਉਦੋਂ ਅਨਾਊਂਸ ਕਰਾਂਗੇ ਜਦੋਂ ਸਿੱਧੂ ਦਾ ਗਾਣਾ ਰਿਲੀਜ਼ ਹੋ ਜਾਏਗਾ। ਇਸ ਪੋਸਟ ਤੇ ਰੁਪਿੰਦਰ ਹਾਂਡਾ ਨੂੰ ਕਾਫੀ ਨੈਗੇਟਿਵ ਕਮੈਂਟਸ ਆਏ। ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਨਾਮ ਯੂਜ਼ ਕੀਤਾ ਜਾ ਰਿਹਾ, ਸਿੱਧੂ ਦੀ ਨਾਮ ਦੀ ਪਬਲਿਸਿਟੀ ਲਈ ਜਾ ਰਹੀ ਹੈ ਔਰ ਬਹੁਤ ਕੁਛ ਸਿੱਧੂ ਦੇ ਨਾਮ ਕਰਕੇ ਰੁਪਿੰਦਰ ਹਾਂਡਾ ਨੂੰ ਸੁਣਨਾ ਪਿਆ, ਜਿਸ ਤੋਂ ਬਾਅਦ ਹੁਣ ਰੁਪਿੰਦਰ ਹਾਂਡਾ ਨੇ ਇੱਕ ਹੋਰ ਪੋਸਟ ਪਾਈ ਹੈ ਔਰ ਇਸ ਦੇ ਜਵਾਬ ਵਿੱਚ ਲਿਖਿਆ, ਇਹ ਪੋਸਟ ਉਹਨਾਂ ਕੁਛ ਕੁ ਲੋਕਾਂ ਲਈ ਆ ਜੋ ਵਿਹਲੇ ਨੇ ਤੇ ਸਾਰਾ ਦਿਨ ਫੇਸਬੁੱਕ ਤੇ ਬਹਿ ਕੇ ਲੋਕਾਂ 'ਚ ਨੁਕਸ ਤੇ ਫਾਲਤੂ ਬੋਲਣ ਦੇ ਕੰਮ ਤੋਂ ਇਲਾਵਾ ਕੋਈ ਕੰਮ ਨਹੀਂ ਉਹਨਾਂ ਕੋਲ। ਭਾਈ ਮੇਰਾ ਨਵਾਂ ਗਾਣਾ ਸੁਣਨਾ ਹੋਇਆ ਸੁਣ ਲਈ, ਜੇ ਨਹੀਂ ਸੁਣਨਾ ਤਾਂ ਰਹਿਣ ਦਈ, ਜੀ ਸੱਦ ਕੇ ਨਾ ਸੁਣਿਓ ਕਿਉਂਕਿ ਜੇ ਨਾ ਵੀ ਸੁਣਿਆ ਦੁਨੀਆ ਨਹੀਂ ਖਤਮ ਹੋ ਜਾਊਗੀ। ਰਹੀ ਗੱਲ ਸਿੱਧੂ ਮੂਸੇਵਾਲੇ ਦੀ, ਕੁਛ ਕੁ ਲੋਕ ਤੇ ਚਾਹੁੰਦੇ ਨੇ ਕਿ ਜੋ ਲੋਕ ਉਹਦੇ ਹੱਕ 'ਚ ਵੀ ਖੜੇ ਨੇ ਉਹ ਵੀ ਬੋਲਣੋਂ ਬੰਦ ਹੋ ਜਾਓ। ਸਾਨੂੰ ਕੀ ਸਮਝ ਨਹੀਂ ਲੱਗਦੀ ਤੁਹਾਡੀ ਕਰਤੂਤਾਂ ਦੀ? ਇਹ ਲੋਕ ਕੌਣ ਨੇ ਸਭ ਪਤਾ ਹੈ, ਹੁਣ ਜਿਹਨੂੰ ਵੀ ਲੱਗਣੀ ਮਿਰਚ ਲੱਗੀ ਜਾਏ ਕਿਉਂਕਿ ਇਹ ਲਾਜ਼ਮੀ ਹੈ ਲੱਗੂ। ਇੱਕ ਗੱਲ ਹੋਰ, ਇੱਥੇ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਕੀਤੀ ਜਾਂਦੀ, ਬੰਦੇ ਨੂੰ ਮਾਰ ਕੇ ਆਪਣੇ ਆਪ ਨੂੰ ਸਾਬਿਤ ਕਰਨਾ ਪੈਂਦਾ, ਇਹ ਇਤਿਹਾਸ ਗਵਾਹ ਹੈ। ਵਾਹਿਗੁਰੂ ਤੁਹਾਨੂੰ ਮੁੱਠੀ ਭਰ ਲੋਕਾਂ ਨੂੰ ਅਕਲ ਬਖਸ਼ੇ। ਜਿਹਨੂੰ ਇੰਗਲਿਸ਼ 'ਚ ਲਿਖਿਆ ਨਹੀਂ ਸਮਝ ਆਉਂਦਾ ਉਹ ਟ੍ਰਾਂਸਲੇਟ ਕਰ ਲਏ ਗੂਗਲ 'ਤੇ ਜਾ ਕੇ, ਜੇ ਜ਼ਿਆਦਾ ਤਕਲੀਫ ਹੈ। ਸੋ ਰੁਪਿੰਦਰ ਹਾਂਡਾ ਦੇ ਵੱਲੋਂ ਅੱਜ ਇਹ ਪੋਸਟ ਪਾਈ ਗਈ ਹੈ ਉਹਨਾਂ ਯੂਜ਼ਰਸ ਦੇ ਲਈ, ਉਹਨਾਂ ਕਮੈਂਟ ਕਰਨ ਵਾਲੇ ਲੋਕਾਂ ਦੇ ਲਈ ਜਿਨ੍ਹਾਂ ਨੇ ਗਲਤ ਕਮੈਂਟਸ ਕੀਤੇ, ਜਿਨ੍ਹਾਂ ਦਾ ਕਹਿਣਾ ਸੀ ਕਿ ਰੁਪਿੰਦਰ ਹਾਂਡਾ ਸਿੱਧੂ ਦੇ ਨਾਮ ਤੋਂ ਪਬਲਿਸਿਟੀ ਲੈ ਰਹੀ ਹੈ, ਸਿੱਧੂ ਦੇ ਨਾਮ ਨੂੰ ਯੂਜ਼ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਅੱਜ ਜਵਾਬ ਦਿੱਤਾ ਰੁਪਿੰਦਰ ਹਾਂਡਾ ਨੇ।